ਅਸੀਂ ਇਹਨੂੰ 17x17 ਦਾ ਬਣਾਇਆ ਹੈਗਾ ਜੇ ਫੁੱਲ ਹੈਵੀ ਡਿਊਟੀ ਮਟੀਰੀਅਲ ਦੇ ਵਿੱਚ ਵੱਡੇ ਵੀਲ ਲਗਾ ਕੇ ਵੱਡੇ ਬੈਰੰਗ ਪਾ ਕੇ ਦੋਵਾਂ ਸਾਈਡਾਂ ਤੇ ਗਰਾਰੀਆਂ ਪਾ ਕੇ ਦਿੱਤੀ। ਇਹਦੇ ਨਾਲ ਨਾਲ ਤੁਸੀਂ ਜਿਹੜਾ ਕਿ ਗਾਚੇ ਦਾ ਬੀਜ ਜਿਹੜਾ ਹੁੰਦਾ ਨਾ ਜੀ, ਜਿਹੜਾ ਪੱਠਿਆਂ ਵਾਲਾ ਬੀਜ, ਉਹ ਵੀ ਤੁਸੀਂ ਲਗਾ ਸਕਦੇ ਹੋ। ਅਗਰ ਤੁਸੀਂ 1 ਸਾਲ 2 ਸਾਲ 3 ਸਾਲ 4 ਸਾਲ ਬਾਅਦ ਵੀ ਅਗਰ ਤੁਸੀਂ ਇਹਨੂੰ ਗਰੀਸ ਜਾਂ ਕੋਈ ਆਇਲ ਵਗੈਰਾ ਨਹੀਂ ਵੀ ਲਗਾਉਂਦੇ ਤੇ ਇਨਸ਼ਾਅੱਲਾ ਗਰਾਰੀਆਂ ਉਸੇ ਤਰੀਕੇ ਨਾਲ ਕੰਮ ਕਰਨਗੀਆਂ ਜਿਸ ਤਰੀਕੇ ਨਾਲ ਅੱਜ ਤੁਸੀਂ ਨਵੀਂ ਡਰਿੱਲ ਲੈ ਕੇ ਜਾਣਦੇ ਪਏ ਹੋ। ਅਸਲਾਮ ਅਲੈਕੁਮ ਪਾਕਿਸਤਾਨ। ਹਾਂਜੀ, ਕੀ ਹਾਲ ਚਾਲ ਆ ਮੇਰੇ ਕਿਸਾਨ ਵੀਰੋ ਦੋਸਤੋ। ਉਕਾੜਾ ਤੋਂ ਖਲੀਫਾ ਅਫਜ਼ਲ ਜ਼ਰਈ ਇੰਡਸਟਰੀ ਤੋਂ ਮੈਂ ਬੋਲ ਰਿਹਾ ਜੀ। ਜਨਾਬ, ਅੱਜ ਸਾਡੇ ਬਹੁਤ ਹੀ ਅੱਛੇ ਕਸਟਮਰ, ਪਿਆਰ ਵਾਲੇ, ਪਿਆਰ ਮੁਹੱਬਤ ਵਾਲੇ ਅਮਰ ਅਬਾਸੀ ਸਾਹਿਬ, ਇਹ ਜਿਹੜੇ ਨੇ ਅਮਰ ਅਬਾਸੀ ਸਾਹਿਬ ਜੀ ਆਏ ਨੇ ਰਹੀਮ ਯਾਰ ਖਾਨ ਤੋਂ, ਤੇ ਉੱਥੋਂ ਆ ਕੇ ਇਹਨਾਂ ਨੇ ਸਾਨੂੰ ਨਾ ਆਪਣਾ ਆਰਡਰ ਬੁੱਕ ਕਰਵਾਇਆ ਜੀ ਡਰਿੱਲਾਂ ਦਾ ਸੀਜ਼ਨ, ਕਿ ਜਿਵੇਂ ਕਿ ਹੁਣ ਆਪਣਾ ਸਟਾਰਟ ਹੋਣ ਵਾਲਾ ਵਾ, ਤੇ ਜਿਸ ਤਰੀਕੇ ਨਾਲ ਹੀ ਅਮਰ ਭਾਈ ਉਹਨਾਂ ਦੀ ਡਰਿੱਲ ਤਿਆਰ ਹੋ ਜਾਵੇਗੀ, ਇਨਸ਼ਾਅੱਲਾ ਅਮਰ ਭਾਈ ਉਹਨਾਂ ਦੀ ਡਰਿੱਲ ਦਾ ਵੀ ਮੁਕੰਮਲ ਰਿਵਿਊ ਵੀ ਦਿਖਾਵਾਂਗੇ ਜੀ। ਤੇ ਅਮਰ ਭਾਈ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ ਜਨਾਬ। ਕੈਸਾ ਲੱਗਿਆ ਸਾਡਾ ਅਖਲਾਕ ਔਰ ਵਰਕਸ਼ਾਪ, ਤੁਹਾਨੂੰ ਸਾਰੀ ਵਿਜ਼ਿਟ ਕਰਾਈ, ਕੈਸਾ ਲੱਗਾ ਜਨਾਬ? ਬਹੁਤ ਅੱਛਾ ਅਖਲਾਕ। ਇਹ ਤੁਹਾਡੀ ਮੁਹੱਬਤ ਦਾ ਜਨਾਬ, ਬਹੁਤ ਬਹੁਤ ਸ਼ੁਕਰੀਆ ਜਨਾਬ ਅਮਰ ਸਾਹਿਬ। ਬਾਕੀ ਮਜ਼ੀਦ ਜਿਹੜੀ ਆ ਤੁਹਾਡੀ ਮਸ਼ੀਨ ਮੁਕੰਮਲ ਹੋ ਜਾਂਦੀ ਆ ਮੁਕੰਮਲ। ਲਓ ਜੀ, ਅਮਰ ਅਬਾਸੀ ਸਾਹਿਬ, ਰਹੀਮ ਯਾਰ ਖਾਣ ਵਾਲੇ, ਇਹ ਤੁਹਾਡੀ ਗੰਦਮ ਲਗਾਉਣ ਵਾਲੀ ਜਿਹੜੀ ਡਰਿੱਲ ਹੈਗੀ, ਅਲਹਮਦੁਲਿਲਾ ਇਹ ਰੈਡੀ ਹੋ ਗਈ ਹੈ ਜੀ। ਇਹ ਜਿੱਦਾਂ ਹੀ ਰੰਗ ਹੋ ਜਾਂਦੀ ਹੈ ਜੀ, ਇਨਸ਼ਾਅੱਲਾ ਰੰਗ ਕਰਨ ਦਾ ਸ਼ੁਰੂ ਹੋ ਗਿਆ ਜੇ। ਅਸੀਂ ਜਿਸਤੀ ਟਾਪਾ ਲਾ ਕੇ ਦਿੰਦੇ ਹਾਂ ਜੀ। ਜਿਸਤੀ ਟਾਪਾ ਲਾਉਣ ਦਾ ਮਕਸਦ ਇਹ ਆ ਕਿ ਅਗਰ ਖਾਦ ਜਦੋਂ ਆਪਾਂ ਪਾਉਂਦੇ ਹਾਂ ਨਾ ਜੀ, ਖਾਦ ਦੇ ਵਿੱਚ ਜਦੋਂ ਆਪਾਂ ਬਾਰਿਸ਼ ਦਾ ਪਾਣੀ ਪੈ ਜਾਂਦਾ ਜਾਂ ਵੈਸੇ ਕੋਈ ਬਾਰਿਸ਼ ਦਾ ਕੋਈ ਵੀ ਇਹਦੇ ਨਾਲ ਜ਼ੰਗ ਵਗੈਰਾ ਨਹੀਂ ਲੱਗਦਾ ਹੈਗਾ, ਔਰ ਸਾਲਾਂ ਸਾਲ ਤੋਂ ਲਾ ਕੇ ਦਿੰਦੇ ਪਏ ਹਾਂ, ਤਾਂ ਕਿ ਡਬਲ ਕੋਟਿੰਗ ਕਰਕੇ ਦੇਈਦੀ ਆ, ਜਿਹੜੀ ਆ ਕਿ ਰੰਗ ਦੀ ਅਸਰ ਲਗਾ ਕੇ ਤਿਆਰੀ ਲਗਾ ਕੇ ਦੇਈਦਾ, ਤਾਂ ਕਿ ਜ਼ਿਆਦਾ ਦੇਰ ਤੱਕ ਜਿਹੜਾ ਨਾ ਇਹ ਕਲਰ ਲੱਗਿਆ ਰਹੇ। ਅਮਰ ਭਾਈ, ਡਰਿੱਲ ਤੁਹਾਡੀ ਰੰਗ ਹੋ ਗਈ ਜੇ, ਠੀਕ ਹੋ ਗਿਆ ਜੀ। ਇਹ ਰੰਗ ਹੋਣ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਦੇਣਾ ਮੁਕੰਮਲ ਇਹਦੀ ਡਿਟੇਲ ਦੱਸਾਂਗਾ ਜੀ। ਮੁਕੰਮਲ ਡਿਟੇਲ ਇਹਦੀ ਮੈਂ ਇਸ ਤਰੀਕੇ ਦੇ ਨਾਲ ਕਿ ਅਸੀਂ ਸਭ ਤੋਂ ਪਹਿਲੇ ਪਿਛਲੇ ਸਾਲ ਵਾਂਗੂ ਜਿਵੇਂ ਕਿ ਅਸੀਂ ਚੇਂਜਿੰਗ ਕੀਤੀ ਸੀਗੀ ਪਿਛਲੇ ਸਾਲ ਵੀ, ਸਾਡੀ ਜਿਹੜੀ ਡਰਿੱਲ ਹੈ ਅੱਪੜ ਦੇ ਵਿੱਚ ਵੀ ਅਸੀਂ ਕਿਹਾ ਅਸੀਂ ਚਲਾਉਣ ਵਾਸਤੇ ਬਣਾਵਾਂਗੇ। ਹੁਣ ਇਹ ਵਾਲੀ ਜਿਹੜੀ ਡਰਿੱਲ ਅਸੀਂ ਬਣਾਈ ਹੈ ਨਾ ਗੰਦਮ ਦੀ ਕਾਸ਼ਤ ਵਾਸਤੇ, ਗੰਦਮ ਦੀ ਕਾਸ਼ਤ ਕਰਨ ਤੋਂ ਪਹਿਲੇ ਤੁਸੀਂ ਇੱਕ ਵਾਰੀ ਪਹਿਲੇ ਰੂਟਾਵੇਟਰ ਚਲਾਉਣਾ ਜੀ। ਰੂਟਾਵੇਟਰ ਚਲਾਉਣ ਤੋਂ ਬਾਅਦ ਆਪਣਾ ਹੱਲ ਸੁਹਾਗਾ ਚਲਾ ਲੈਣਾ ਜਾਂ ਰੂਟਾਵੇਟਰ ਅੱਪੜ ਦੇ ਵਿੱਚ ਮਾਰ ਕੇ ਉਸ ਤੋਂ ਬਾਅਦ ਇਹ ਡਰਿੱਲ ਨਾਲ ਤੁਸੀਂ ਗੰਦਮ ਲਗਾ ਸਕਦੇ ਹੋ। ਨਵੀਂ ਟੈਕਨੀਕ ਦੇ ਨਾਲ ਕਿ ਤੁਸੀਂ ਅੱਪੜ ਦੇ ਵਿੱਚ ਵੀ ਚਲਾ ਸਕਦੇ ਹੋ ਅਤੇ ਵੱਖੀ ਹੋਈ ਜ਼ਮੀਨ ਦੇ ਵਿੱਚ ਵੀ ਤੁਸੀਂ ਚਲਾ ਸਕਦੇ ਹੋ। ਇਹ ਅਸੀਂ ਅਮਰ ਅਬਾਸੀ ਸਾਹਿਬ ਹੈਗੇ ਨੇ ਰਹੀਮ ਯਾਰ ਖਾਨ ਤੋਂ ਆਏ ਨੇ, ਠੀਕ ਆ ਜੀ। ਉਹਨਾਂ ਨੂੰ ਅਸੀਂ ਇਹ ਡਰਿੱਲ ਤਿਆਰ ਕਰਕੇ ਦਿੱਤੀ ਹੈਗੀ ਹੈ, 17 ਕੁੜਾਂ ਵਾਲੀ, 17 ਅੱਗੇ ਅਤੇ 17 ਪਿੱਛੇ, 17x17 ਅਸੀਂ ਇਹਨੂੰ ਕਹਿੰਦੇ ਹੈਗੇ ਜੀ। ਖਾਦ ਵਾਲਾ ਸਿਸਟਮ ਲੈਦਾ ਹੋਏਗਾ ਜੀ ਇਸ ਦੇ ਵਿੱਚ, ਖਾਦ ਵਾਲਾ ਸਿਸਟਮ ਜਿਹੜਾ ਅਗਲੀ ਸਾਈਡ ਦੇ ਉੱਤੇ ਇਹ ਖਾਦ ਪੈ ਜਾਵੇਗੀ ਇਹਦੇ ਵਿੱਚ। ਇਸੇ ਤਰੀਕੇ ਨਾਲ ਜਿਹੜਾ ਹੈਗਾ ਨਾ ਜੀ, ਜਿੱਦਾਂ ਤੁਸੀਂ ਕਿ ਆਮ ਰੂਟੀਨ ਦੇ ਵਿੱਚ ਖਲੀਫਾ ਅਫਜ਼ਲ ਵਾਲਿਆਂ ਦੀ ਡਰਿੱਲ ਇਸਤੇਮਾਲ ਕਰਦੇ ਪਏ, ਬੈਕ ਸਾਈਡ ਦੇ ਉੱਤੇ ਤੁਹਾਡਾ ਮਕਈ ਪੈ ਜਾਵੇਗੀ। ਕਿ ਇਹਦੇ ਨਾਲ ਨਾਲ ਤੁਸੀਂ ਜਿਹੜਾ ਕਿ ਗਾਚੇ ਦਾ ਬੀਜ ਜਿਹੜਾ ਹੁੰਦਾ ਨਾ ਜੀ, ਜਿਹੜਾ ਪੱਠਿਆਂ ਵਾਲਾ ਬੀਜ, ਉਹ ਵੀ ਤੁਸੀਂ ਲਗਾ ਸਕਦੇ ਹੋ। ਪਿੱਛੇ ਅਸੀਂ ਸੀਟ ਲਗਾ ਦਿੱਤੀ ਹੈਗੀ ਹੈ, ਜਿਹੜਾ ਕਿ ਬੰਦਾ ਪਿੱਛੇ ਖੜੇ ਹੋ ਕੇ ਈਜ਼ੀਲੀ ਇਹਨੂੰ ਦੇਖ ਸਕਦਾ ਕਿਸ ਤਰੀਕੇ ਦੇ ਨਾਲ ਇਹ ਕੰਮ ਕਰਦੀ ਹੈਗੀ ਜੀ, ਠੀਕ ਆ ਜੀ। ਅਸੀਂ ਇਹਨੂੰ 17x17 ਦਾ ਬਣਾਇਆ ਹੈਗਾ ਜੀ, ਫੁੱਲ ਹੈਵੀ ਡਿਊਟੀ ਮਟੀਰੀਅਲ ਦੇ ਵਿੱਚ ਵੱਡੇ ਵੀਲ ਲਗਾ ਕੇ ਵੱਡੇ ਬੈਰੰਗ ਪਾ ਕੇ ਦੋਵਾਂ ਸਾਈਡਾਂ ਤੇ ਗਰਾਰੀਆਂ ਪਾ ਕੇ ਦਿੱਤੀਆਂ। ਇਹਨਾਂ ਦੀ ਗਰੰਟੀ ਦੇਈਦੀ ਹੈ, ਇੱਕ ਸੀਜ਼ਨ ਦੀ ਗਰੰਟੀ, ਇੱਕ ਪੂਰੇ ਸਾਲ ਦੀ ਗਰੰਟੀ ਦੇਈਦੀ ਹੈ। ਕਿਸੇ ਵੀ ਕਿਸਮ ਦਾ ਕੋਈ ਵੀ ਮਸਲਾ ਹੋਵੇ ਕਿਸੇ ਵੀ ਪੁਰਜ਼ੇ ਨੂੰ, ਅਸੀਂ ਉਹ ਤੁਹਾਨੂੰ ਫ੍ਰੀ ਆਫ ਕਾਸਟ ਚੇਂਜ ਕਰਕੇ ਦੇਵਾਂਗੇ। ਤੇ ਦੋਵਾਂ ਸਾਈਡਾਂ ਦੇ ਉੱਤੇ ਗਰਾਰੀਆਂ ਚ ਇਸਤੇਮਾਲ ਕੀਤੀਆਂ ਗਈਆਂ ਨੇ। ਦੋਵਾਂ ਸਾਈਡਾਂ ਤੋਂ ਗਰਾਰੀਆਂ ਇਸਤੇਮਾਲ ਕਰਨ ਦਾ ਮਕਸਦ ਇਹ ਹੈਗਾ ਜੇ ਕਿ ਅਗਰ ਤੁਸੀਂ 1 ਸਾਲ 2 ਸਾਲ 3 ਸਾਲ 4 ਸਾਲ ਬਾਅਦ ਵੀ ਅਗਰ ਤੁਸੀਂ ਇਹਨੂੰ ਗਰੀਸ ਜਾਂ ਕੋਈ ਆਇਲ ਵਗੈਰਾ ਨਹੀਂ ਵੀ ਲਗਾਉਂਦੇ ਤੇ ਇਨਸ਼ਾਅੱਲਾ ਗਰਾਰੀਆਂ ਉਸੇ ਤਰੀਕੇ ਨਾਲ ਕੰਮ ਕਰਨਗੀਆਂ ਜਿਸ ਤਰੀਕੇ ਨਾਲ ਅੱਜ ਤੁਸੀਂ ਨਵੀਂ ਡਰਿੱਲ ਲੈ ਕੇ ਜਾਂਦੇ ਪਏ ਹੋ। ਅਸੀਂ ਹਰ ਤਰ੍ਹਾਂ ਦੀ ਇਹਦੀ ਗਰੰਟੀ ਦੇਈਦੀ ਹੈ, ਬੀਜ ਟੁੱਕਣ ਦੀ
ਵੀ ਅਗਰ ਇੱਕ ਜਿਹਾ ਨਾ ਪਾਵੇ ਹਰ ਤਰ੍ਹਾਂ ਦੀ ਗਰੰਟੀ ਦੇਈਦੀ ਹੈ। ਇਹਦੇ ਪ੍ਰਾਈਜ਼ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੇ ਸਟਾਰਟਿੰਗ ਹੈਗੀ ਹੈ ਸੀਜ਼ਨ ਦੀ ਅਗਸਤ 2024 ਹੈਗਾ ਜੇ, ਇਹਦੇ ਅੱਜ ਦੇ ਪ੍ਰਾਈਜ਼ ਵੀ ਦੱਸ ਦਿੰਦਾ। ਫੋਨ ਨੰਬਰ ਮੇਰਾ ਨੋਟ ਕਰ ਲਓ 0345 7545 358 0345 7545 358 ਮੇਰਾ ਫੋਨ ਨੰਬਰ ਹੈਗਾ ਜੇ, ਵਟਸਐਪ ਦੇ ਉੱਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਫਿਰ ਨੀਚੇ ਜਿਹੜੇ ਅਸੀਂ ਫਾਲੇ ਲਗਾ ਕੇ ਦਿੱਤੇ ਹੈਗੇ ਨਾ ਜੀ, ਨੀਚੇ ਫਾਲੇ ਜਿਹੜੇ ਲਗਾ ਕੇ ਦਿੱਤੇ ਨੇ, 1 ਸਾਲ 2 ਸਾਲ 3 ਸਾਲ 4 ਸਾਲ ਬਾਅਦ ਵੀ ਅਗਰ ਇਹ ਖਤਮ ਹੋ ਜਾਂਦੇ ਨਾ ਜੀ, ਇਸ ਜਗ੍ਹਾ ਤੋਂ ਆ ਕੇ ਤੁਸੀਂ ਕੱਟ ਕੇ ਇਹਨੂੰ ਨਵੇਂ ਲਗਾ ਸਕਦੇ ਹੋ। ਇਸੇ ਤਰੀਕੇ ਨਾਲ ਕੰਮ ਕਰੇਗੀ ਜਿਵੇਂ ਕਿ ਆਪਾਂ ਨਵੀਂ ਡਰਿੱਲ ਅੱਜ ਹੀ ਪਰਚੇਜ਼ ਕੀਤੀ ਹੈਗੀ ਹੈ। ਅੱਗੇ ਬਰੀ ਲਗਾਉਣ ਦਾ ਮਕਸਦ, ਇਹ ਜਿਹੜੀ ਹੈ ਚੱਦਰ ਲਗਾਉਣ ਦਾ ਮਕਸਦ, ਇਹ ਵੀ ਤੁਸੀਂ ਮੇਰੇ ਕੋਲੋਂ ਫੋਨ ਦੇ ਉੱਤੇ ਰਾਬਤਾ ਕਰਕੇ, ਜਿਹੜਾ ਮੈਂ ਨੰਬਰ ਦਿੱਤਾ ਉੱਤੇ ਰਾਬਤਾ ਕਰਕੇ ਪੁੱਛ ਸਕਦੇ ਹੋ ਜੀ। ਅਸੀਂ ਬਿਲਕੁਲ ਮੁਕੰਮਲ ਕਰਕੇ ਦੇਈ ਦੀ ਹੈ ਡਰਿੱਲ, ਇਸ ਕੋਲੋਂ ਮੁਕੰਮਲ ਕਰਕੇ ਦੇਈ ਹੈ ਤਾਂ ਕਿ ਕਸਟਮਰ ਨੂੰ, ਜ਼ਮੀਨਦਾਰ ਨੂੰ ਕੋਈ ਪਰੇਸ਼ਾਨੀ ਨਾ ਬਣੇ। ਪੈਪ ਲਗਾ ਕੇ ਸਾਰਾ ਕਿਸ ਤਰੀਕੇ ਨਾਲ ਬੀਜ ਖਾਦ ਵਾਲਾ ਪੈਣਾ ਵਾ ਅਤੇ ਕਿਸ ਤਰੀਕੇ ਨਾਲ ਗੰਦਮ ਦਾ ਪੈਣਾ ਹੈ, ਠੀਕ ਆ ਜੀ। ਹੁਣ ਤੁਸੀਂ ਜ਼ਿਆਦਾ ਅਗਰ ਗੰਦਮ ਘੱਟ ਵੱਧ ਕਰਨੀ ਹੈ, ਇਹ ਨਿਸ਼ਾਨ ਲੱਗਾ ਹੋਇਆ ਜੇ ਜਿੱਥੇ ਹੁਣ ਅਸੀਂ ਇੱਥੇ ਫਿੱਟ ਕੀਤਾ ਹੋਇਆ ਨਾ ਜੀ, 4 ਅਤੇ 3 ਦੇ ਦਰਮਿਆਨ ਨੰਬਰ ਪਲੇਟ ਨੂੰ, ਇਹਨੂੰ ਤੁਸੀਂ ਜਿਹੜਾ ਹੈਗਾ ਨਾ ਜੀ, ਇੱਥੇ ਤੁਹਾਡੀ ਪੂਰੀ 1 ਕਿੱਲੇ ਦੇ ਵਿੱਚ 1 ਬੋਰੀ ਗਿਰੇਗੀ। ਉਸ ਤੋਂ ਬਾਅਦ ਇਹ ਅਗਲੀ ਸਾਈਡ ਦੇ ਉੱਤੇ ਤੁਹਾਡਾ ਖਾਦ ਪੈ ਜਾਣੀ ਹੈਗੀ ਹੈ। ਉਸ ਤੋਂ ਬਾਅਦ ਬੈਕ ਸਾਈਡ ਦੇ ਉੱਤੇ ਇਹਦੀ ਜਿਹੜੀ ਹੈਗੀ ਹੈ ਗੰਦਮ ਪੈ ਜਾਣੀ ਹੈਗੀ ਹੈ। ਬੈਕ ਸਾਈਡ 'ਤੇ ਅਗਰ ਤੁਸੀਂ ਗੰਦਮ ਜਿਹੜੀ ਪਾਣੀ ਹੈਗੀ ਹੈ, ਹੁਣ ਜਿੱਥੇ ਅਸੀਂ ਫਿੱਟ ਕਰਕੇ ਦਿੱਤਾ ਨਾ 4 ਅਤੇ 3 ਦੇ ਨਿਸ਼ਾਨ ਦੇ ਬਰਾਬਰ, ਇੱਥੇ ਤੁਹਾਡੀ 45 ਤੋਂ 50 ਕਿਲੋ ਜਿਹੜੀ ਹੈ ਗੰਦਮ ਗਿਰੇਗੀ। ਤੁਸੀਂ ਅਗਰ 30 ਕਿਲੋ ਘੇਰਨੀ ਹੈਗੀ ਹੈ, ਫਿਰ ਉਸ ਤੋਂ ਬਾਅਦ ਤੁਸੀਂ ਇਹ ਨਿਸ਼ਾਨ ਲੱਗਾ ਹੋਇਆ ਜੇ 3 ਅਤੇ 2 ਦੇ ਦਰਮਿਆਨ ਕਰ ਲੈਣਾ, 30 ਕਿਲੋ ਤੁਹਾਡੀ ਗੰਦਮ ਘੇਰੇਗੀ। ਅਗਰ ਬੀਜ ਟੁੱਕਦਾ ਹੋਵੇ ਜਾਂ ਕੋਈ ਮਸਲਾ ਮਸਾਇਲ ਬਣੇ, ਤੁਸੀਂ ਮੇਰੇ ਨਾਲ ਫੋਨ 'ਤੇ ਰਾਬਤਾ ਕਰਕੇ ਨਾ ਜੀ ਹਰ ਤਰ੍ਹਾਂ ਦੀ ਡਿਟੇਲ ਲੈ ਸਕਦੇ ਹੋ, ਕਿ ਸਾਡਾ ਪਹਿਲੀ ਤਾਂ ਗੱਲ ਇੰਝ ਦਾ ਇਸ਼ੂ ਨਹੀਂ ਬਣਦਾ ਹੈਗਾ, ਅਗਰ ਬਣ ਵੀ ਜਾਵੇ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਗੰਦਮ ਦਾ ਸੀਜ਼ਨ ਜ਼ੋਰੋ ਸ਼ੋਰ ਦੇ ਨਾਲ ਇਨਸ਼ਾਅੱਲਾ ਸ਼ੁਰੂ ਹੋਣ ਵਾਲਾ ਜੇ, ਲੋਕ ਆਪਣਾ ਆਰਡਰ ਬੁੱਕ ਕਰਵਾ ਰਹੇ ਨੇ ਜੀ। ਜਿਹਨੇ ਵੀ ਆਪਣਾ ਆਰਡਰ ਬੁੱਕ ਕਰਾਉਣਾ, ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ ਜੇ, ਉਹ ਤਾਂ ਰਾਬਤਾ ਕਰ ਸਕਦੇ ਹੋ। ਖਲੀਫਾ ਅਫਜ਼ਲ ਦਰਈ ਇੰਡਸਟਰੀ, ਲਾਹੌਰ ਰੋਡ, ਜੀ ਟੀ ਰੋਡ, ਉਗਾੜਾ ਤੋਂ। ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਜਜ਼ਾਕ ਅੱਲਾ, ਸਲਾਮ ਅਲੈਕੁਮ।